हेलो फ्रेंड्स, वेलकम टू अंजूज रेसिपीज़। आई होप तुसी सारे ठीक ठाक हो। हमेशा वांग मैं एक बार फिर हाजिर हाँ एक नवी रेसिपी दे नाल। आज मैं बनावांगी कोफ्ता करी। कोफ्ते आपां लौकी तो बनावांगे। इनू पंजाबी दे विच बड भी कहिंदे आ। इह बहुत ही जल्दी बन के तैयार हो जांदे आ ते बहुत ही टेस्टी बनदी आ। इनू बनाउण वास्ते जिहड़ा आपां समान लिया आ उह इस तरहां आ। एक वड्डी बड लै के मैं कद्दूकस कर लई आ। दो प्याज पीस लए आ, 200 ग्राम टमाटर प्यूरी, अदरक ते लसन दा पेस्ट, कट्टिया होया हरा धनिया, एक कप बेसन, मसालियां दे विच साबत जीरा, दो तेज पत्ते, तीन साबत लाल मिर्चा, एक इंच दालचीनी दा टुकड़ा, नमक, लाल मिर्च, हल्दी, धनिया पाउडर ते गरम मसाला। ते इस तो पहलां कि आपां कुकिंग स्टार्ट करिए, तुसी प्लीज़ साडे चैनल नूं सबसक्राइब करके बैल आइकन प्रेस कर लो ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲ ਸਕੇ। ਅਤੇ ਆਓ ਹੁਣ ਆਪਾਂ ਕੁਕਿੰਗ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜੀ ਬੱਡ ਕੱਦੂਕਸ ਕੀਤੀ ਸੀਗੀ ਇਹਦੇ ਵਿੱਚ ਕਾਫੀ ਪਾਣੀ ਆ, ਇਹਨੂੰ ਆਪਾਂ ਨਿਚੋੜਨਾ ਆ। ਲੌਕੀ ਜਾਂ ਬੱਡ ਆਮ ਪੰਜਾਬ ਵਿੱਚ ਤਾਂ ਆਮ ਘਰਾਂ ਦੇ ਵਿੱਚ ਮਿਲ ਜਾਂਦੀ ਆ, ਕਿਉਂਕਿ ਹਰ ਘਰ ਵਿੱਚ ਇਹਦੀ ਬੇਲ ਬੀਜੀ ਹੁੰਦੀ ਆ। ਪਰ ਇੱਥੇ ਤਾਂ ਸਾਨੂੰ ਮੁੱਲ ਹੀ ਲੈਣੀ ਪੈਂਦੀ ਆ ਅਤੇ ਖਾਣ ਲਈ ਵੀ ਕਾਫੀ ਸਿਹਤਮੰਦ ਹੁੰਦੀ ਆ। ਅਤੇ ਇਹਨੂੰ ਕਿਸੇ ਵੀ ਤਰ੍ਹਾਂ ਇਹਦੀ ਸਬਜ਼ੀ ਬਣਾ ਕੇ ਖਾਣੀ ਚਾਹੀਦੀ ਆ। ਅਤੇ ਇਹਦੀ ਸਬਜ਼ੀ ਕਈ ਤਰੀਕਿਆਂ ਦੇ ਨਾਲ ਬਣਾਈ ਜਾਂਦੀ ਆ। ਲੌਕੀ ਦੇ ਕੋਫਤੇ ਵੀ ਬਹੁਤ ਸੋਹਣੇ ਲੱਗਦੇ ਆ ਖਾਣ ਵਿੱਚ, ਬਹੁਤ ਟੇਸਟੀ ਬਣਦੇ ਆ। ਅਤੇ ਲੌਕੀ ਦੀ ਸਬਜ਼ੀ ਕੱਟ ਕੇ ਵੀ ਬਹੁਤ ਟੇਸਟੀ ਬਣਦੀ ਆ। ਪਰ ਕਿਸੇ ਤਰ੍ਹਾਂ ਵੀ ਲੌਕੀ ਖਾਧੀ ਜਾਵੇ ਇਹ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੀ ਆ। ਸੋ ਇਹ ਖਾਣੀ ਚਾਹੀਦੀ ਆ, ਕਿਉਂਕਿ ਇਹਦੇ ਨਾਲ ਕਈ ਬਿਮਾਰੀਆਂ ਦਾ ਇਲਾਜ ਹੁੰਦਾ ਆ। ਅਤੇ ਜਿਹੜਾ ਪਾਣੀ ਆ ਇਹਦਾ ਜੂਸ ਆ, ਇਹਨੂੰ ਆਪਾਂ ਛਿੱਟਾਂਗੇ ਨਹੀਂ, ਇਹਨੂੰ ਆਪਾਂ ਆਟਾ ਗੁੰਨਣ ਵਾਸਤੇ ਯੂਜ਼ ਕਰ ਸਕਦੇ ਹਾਂ ਰੋਟੀ ਵਾਸਤੇ। ਇਹਦਾ ਪਾਣੀ ਸਾਰਾ ਮੈਂ ਨਿਚੋੜ ਦਿੱਤਾ ਆ। ਅਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਪਾ ਲੈਣਾ ਆ, ਇੱਕ ਕੱਪ ਬੇਸਣ ਆ ਇਹ। ਇਹਨੂੰ ਆਪਾਂ ਪਹਿਲਾਂ ਰਲਾ ਕੇ ਦੇਖਦੇ ਹਾਂ, ਜਿੰਨਾ ਸਾਨੂੰ ਚਾਹੀਦਾ ਹੋਇਆ ਉਨਾ ਹੀ ਲੈਣਾ ਆ। ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜਾ ਲੌਕੀ ਦਾ ਜੂਸ ਆ ਇਹਦੇ ਨਾਲ ਹੀ ਆਪਾਂ ਇਹਨੂੰ ਗੁੰਨ ਲੈਣਾ ਆ। ਇਹਦੇ ਵਿੱਚ ਪੂਰਾ ਇੱਕ ਕੱਪ ਬੇਸਣ ਦਾ ਪੈ ਜਾਣਾ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਗੁੰਨ ਲੈਣਾ ਹੈ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਲੈਂਦੇ ਹਾਂ ਥੋੜ੍ਹੇ ਜਿਹੇ। ਜਿੰਨੀ ਕਿ ਲੌਕੀ ਆ ਇਹਦੇ ਵਿੱਚ ਅੱਧਾ ਕੁ ਚਮਚ ਆਪਾਂ ਨਮਕ ਦਾ ਪਾ ਲੈਣਾ ਹੈ ਅਤੇ ਅੱਧਾ ਚਮਚ ਹੀ ਆਪਾਂ ਲਾਲ ਮਿਰਚਾਂ। ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਲੈਂਦੇ ਹਾਂ। ਲਓ ਜੀ, ਕੋਫਤਿਆਂ ਦਾ ਜਿਹੜਾ ਮਿਕਸਚਰ ਆ ਉਹ ਤਿਆਰ ਹੋ ਗਿਆ ਆ। ਅਤੇ ਹੁਣ ਆਪਾਂ ਤੇਲ ਗਰਮ ਕਰਦੇ ਹਾਂ, ਗੈਸ ਔਨ ਕਰਕੇ ਆਪਾਂ ਪੈਨ ਦੇ ਵਿੱਚ ਓਇਲ ਪਾਉਂਦੇ ਹਾਂ। ਤੇਲ ਨੂੰ ਥੋੜ੍ਹੀ ਦੇਰ ਗਰਮ ਹੋਣ ਦਿੰਦੇ ਹਾਂ। ਲੱਗਦਾ ਆਪਣਾ ਤੇਲ ਗਰਮ ਆ ਅਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਂਦੇ ਹਾਂ। ਥੋੜ੍ਹਾ ਜਿਹਾ ਇਹਦੇ ਵਿੱਚ ਮਿਕਸਚਰ ਪਾ ਕੇ ਜਿਹੜੇ ਬੱਬਲ ਜਿਹੇ ਆ ਰਹੇ ਆ ਇਹਦਾ ਮਤਲਬ ਆ ਕਿ ਤੇਲ ਆਪਣਾ ਰੈਡੀ ਆ। ਅਤੇ ਹੁਣ ਆਪਾਂ ਕੋਫਤਿਆਂ ਨੂੰ ਫਰਾਈ ਕਰਦੇ ਹਾਂ। ਹੁਣ ਆਪਾਂ ਛੋਟੇ ਛੋਟੇ ਕੋਫਤੇ ਇਹਦੇ ਵਿੱਚ ਪਾ ਦੇਣੇ ਆ ਬਣਾ ਕੇ। ਆਪਾਂ ਟਰਾਈ ਕਰਾਂਗੇ ਇੱਕੋ ਹੀ ਸਾਈਜ਼ ਦੇ ਕੋਫਤੇ ਬਣਾਈਏ। ਲੂਣ ਪਾਉਣ ਦੇ ਨਾਲ ਥੋੜ੍ਹੇ ਜਿਹੇ ਇਹ ਪਤਲਾ ਹੋ ਜਾਂਦਾ ਆ ਮਿਕਸਚਰ, ਸੋ ਲੂਣ ਉਦੋਂ ਹੀ ਪਾਉਣਾ ਚਾਹੀਦਾ ਆ ਜਦੋਂ ਆਪਾਂ ਇਹਨਾਂ ਨੂੰ ਕੋਫਤਿਆਂ ਨੂੰ ਬਣਾਉਣਾ ਆ। ਇਹ ਚਮਚੇ ਨਾਲ ਮੈਂ ਤਾਂ ਪਾ ਰਹੀ ਹਾਂ ਕਿਉਂਕਿ ਸਾਈਜ਼ ਦਾ ਅੰਦਾਜ਼ਾ ਜਿਹਾ ਹੋ ਜਾਂਦਾ ਹੈ। ਜਿੰਨੇ ਇੱਕ ਵਾਰੀ ਕੜਾਹੀ ਦੇ ਵਿੱਚ ਆ ਗਏ ਕੋਫਤੇ ਆਪਾਂ ਉਨੇ ਹੀ ਪਾਉਣੇ ਆ, ਬਾਕੀ ਫਿਰ ਬਾਅਦ ਵਿੱਚ ਆਪਾਂ ਕਰ ਲੈਣੇ ਆ ਫਰਾਈ। ਅਤੇ ਵਿੱਚ ਵਿੱਚ ਹੁਣ ਆਪਾਂ ਇਹਨਾਂ ਨੂੰ ਚੈੱਕ ਕਰੀ ਜਾਣਾ ਹੈ ਕਿਉਂਕਿ ਜਿਹੜੇ ਪਹਿਲਾਂ ਕੋਫਤੇ ਪਾਏ ਆ ਉਹ ਬਰਾਊਨ ਹੋਣੇ ਸ਼ੁਰੂ ਹੋ ਗਏ ਆ। ਇਹ ਹੁਣ ਤੋਂ ਹੀ ਦੇਖਣ ਵਿੱਚ ਸੋਹਣੇ ਲੱਗ ਰਹੇ ਆ। ਹੁਣ ਆਪਾਂ ਇਹਨਾਂ ਨੂੰ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰਦੇ ਹਾਂ। ਕੋਫਤੇ ਬਹੁਤ ਜਲਦੀ ਫਰਾਈ ਹੋ ਜਾਂਦੇ ਆ, ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਜਿਹੜਾ ਸਾਡਾ ਮਿਕਸਚਰ ਆ ਉਹ ਮੀਡੀਅਮ ਜਿਹਾ ਹੋਣਾ ਚਾਹੀਦਾ ਆ। ਜੇ ਪਤਲਾ ਮਿਕਸਚਰ ਹੋਵੇ ਤਾਂ ਕੋਫਤਿਆਂ ਦੀ ਜਿਹੜੀ ਸ਼ੇਪ ਆ ਉਹ ਸਹੀ ਨਹੀਂ ਬਣਦੀ ਹੈਗੀ ਅਤੇ ਨਾਲ ਚਿੰਬੜਨ ਲੱਗ ਜਾਂਦੇ ਆ ਕੜਾਹੀ ਦੇ। ਬਸ ਇੱਕ ਅੱਧਾ ਮਿੰਟ ਹੋਰ ਆਪਾਂ ਇਹਨਾਂ ਨੂੰ ਪਕਾਉਣਾ ਆ ਅਤੇ ਫਿਰ ਬਾਹਰ ਕੱਢ ਲਵਾਂਗੇ।
कोफ्तियां का कलर बहुत सोहना लग रहा है। इन्हों आप मीडियम फ्लेम उत्ते ही फ्राई करना है। जे आप फ्लेम हाई कर दी तो उपरों ये जल जाने तो बिचों कच्चे रह जाने, सो इस करके जी फ्लेम आ मीडियम ही होनी चाहिए आ। कोफ्ते अपने रेडी आ, तो हूँ मैं इन्हों किचन टावल उत्ते काढ़ लवांगी। जिहड़ा वाधू तेल आ वो आपां कढ़ाई दे विच ही निचोड़ देना है, तो जिहड़ा इन्हां दे विच माड़ा मोटा रह गया वो किचन टावल ने सोख लेना है। तो इस तरह हुण आपां बाकी कोफ्ते भी तल लैने आ। तो हुण आपां इन्हां दी साइड चेंज कर देनी है क्योंकि जिहड़े पहलां कोफ्ते पाए सीगे वो पक गए आ। इन्हां नूं भी हुण आपां गोल्डन ब्राउन करन तक पकांदे आ। अपने एक कोफ्ते भी रेडी आ, तो हुण मैं इन्हां नूं भी बाहर कढ लैनी आ। तेल बहुत गर्म आ, इन्हूं मैं पिछले गैस से मूव कर दिनी आ। तो अगले गैस उत्ते आपां कोफ्तियां वास्ते ग्रेवी तैयार करते हैं। पैन दे विच आपां 3 चम्मच ऑयल दे पावांगे। ये आपां इत्थों ही ले लेना है क्योंकि ये गर्म आ, आपां इन्हूं ही यूज कर लेना है। हुण तेल अपना गर्म आ, तो हुण आपां इहदे विच 1 चम्मच जीरा पा दिंदे हां। ते नाल ही जिहड़े साबत मसाले सीगे 2 तेज पत्ते 3 लाल मिर्चां ते 1 दालचीनी दा टुकड़ा, इन्हां नूं थोड़ी देर भुनदे आ। साबत मसाले भुनना हो गए आ क्योंकि इन्हां दी स्मैल आण लग गई आ तेल दे विच्चों। हुण आपां अदरक ते लसन दा पेस्ट पा के भुनदे आ। अदरक ते लसन नूं आपां ब्राउन होण तक भुनदे आ। लसन अदरक भुन हो गया है, ते हुण आपां प्याज पा के भुनदे आ। हुण प्याजां नूं आपां उदों तक भुन्नांगे जद तक पेस्ट जिहड़ा है थिक नहीं हो जांदा, ते नाले ये ब्राउन भी हो जाणा है। तो फिर आप इहदे विच टमाटर पावांगे। अपना प्याज भी भुन हो गया है, तो हुण आपां टमाटर पाने आ। प्याज तो बिना भी तुसीं कल्ले टमाटरां दी ते लसण अदरक दा दी प्योरी पा के भी ग्रेवी तैयार कर सकते हैं, वह भी बहुत टेस्टी बनती है। जे तुसीं प्याज नहीं पाना चाहते तो इन्हां नूं छड्ड भी सकते हैं। हुण आपां इहदे विच 1 चम्मच हल्दी पा देनी है, 1 चम्मच नमक, 1/2 चम्मच लाल मिर्चां, 1 चम्मच गरम मसाला, ते 1 चम्मच धनिया पाउडर। मसालियां नूं चंगी तरह ग्रेवी दे विच रला के आपां इहनूं ढक के 5 मिंटां तक पक्कण दिंदे आ। पांच मिनट हो गए आ, आपां ग्रेवी नूं चैक कर लैने आ। ग्रेवी अपनी रेडी आ, ते तड़के ने घिओ भी छड्ड दित्ता आ। हुण आपां इहदे विच थोड़ा जिहा पानी पा दिंदे आ। हुण मैं कैटल दा पानी पाणा आ, ते हमेशा ही गर्म पानी पाणा चाहीदा आ। हुण आपां ग्रेवी नूं 5 मिंट वास्ते ढक के पक्कण दिंदे आ, फिर आपां इहदे विच कोफ्ते ऐड करांगे। 5 मिंट हो गए आ, ते हुण आपां ग्रेवी दे विच कोफ्ते पाने आ। ते ग्रेवी ने ऑयल भी छड्ड दित्ता आ।
ते नाल ही आपां धनिया पा देना है। हुण ग्रेवी दे विच कोफ्तियां नूं आपां ढक के 5 मिनट पकण दिंदे आ ते उस तों बाद फिर प्लेटिंग करांगे। कोफ्तियां नूं पकदे होए 5 मिनट हो गए आ ते अपनी सब्जी बिल्कुल रेडी आ ते हुण आपां इहनूं सर्व करदे आ इक बोल दे विच ते गैस नूं मैं बंद कर दिंदी आ। ते हुण आपां इहनूं धनिया पा के गार्निश करदे आं। ते इह सी अपनी कोफ्ता कढ़ी जिहड़ी बण के तैयार आ। इह वेखण विच जिन्नी सोहणी लग रही आ खाण विच उस तों किते ज़्यादा वध के स्वाद आ। तुसीं वी इस रैसिपी नूं अपने घर जरूर ट्राई करिओ ते कॉमेंट करके दस्सिओ कि किस तरह की बनी। जेकर थानू साड़ी वीडियो पसंद आई तो प्लीज़ वीडियो नू लाइक ते शेयर कर दिओ ते तुसी सानू साडे फेसबुक ते इंस्टाग्राम पेजां ते भी फॉलो कर सकते हैं। ते हजे तक जे तुसी साडे चैनल नू सबसक्राइब नहीं किया तो प्लीज़ चैनल नू सबसक्राइब करके बैल आइकन प्रेस कर लो ता जो आने वाली वीडियोज़ तुहाडे कोलों मिस ना होण। अज दी वीडियो दे विच बस इन्ना ही, फिर मिलांगे किसी होर वीडियो दे विच। तद तक दिल्ली टेक केयर, बाय बाय।